ਰੋਜ਼ਾ ਸ਼ਰੀਫ ਵਿਖੇ ਮਨਾਏ ਗਏ 406ਵੇਂ 3 ਰੋਜ਼ਾ ਸਾਲਾਨਾ ਉਰਸ ਦੀ ਸਮਾਪਤੀ ਤੋਂ ਕੁਝ ਦਿਨਾਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਫਤਿਹਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ ਵਿਖੇ ਪਹੁੰਚੇ। ਰੋਜ਼ਾ ਸ਼ਰੀਫ ਦੇ ਖਲੀਫਾ ਸੈਯਦ ਮੁਹੰਮਦ ਸਾਦਿਕ ਰਜ਼ਾ ਮੁਜ਼ੱਦੀ ਦੀ ਅਗਵਾਈ ਵਿੱਚ ਬੇਰੀ ਵਾਲੇ ਪੀਰ ਦੀ ਦਰਗਾਹ ਦੇ ਗੱਦੀ ਨਸ਼ੀਨ ਹਾਜ਼ੀ ਬਾਬਾ ਦਿਲਸ਼ਾਦ ਅਹਿਮਦ ਅਤੇ ਹੋਰਨਾਂ ਮੁਸਲਿਮ ਵਿਦਵਾਨਾਂ ਅਤੇ ਸ਼ਰਧਾਲੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਦਰਅਸਲ ਪਾਕਿਸਤਾਨ ਦੇ ਹਾਈ ਕਮਿਸ਼ਨਰ ਪਾਕਿਸਤਾਨੋਂ ਆਏ 144 ਸ਼ਰਧਾਲੂਆਂ ਨੂੰ ਮਿਲਣ ਅਤੇ ਪਾਕਿਸਤਾਨ ਸਰਕਾਰ ਵੱਲੋਂ ਰੋਜ਼ਾ ਸ਼ਰੀਫ ਦੀ ਪਵਿੱਤਰ ਮਜ਼ਾਰ ਉੱਤੇ ਚਾਦਰ ਚੜ੍ਹਾ ਕੇ ਸਲਾਮ ਪੇਸ਼ ਕਰਨ ਲਈ ਪੁੱਜੇ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਰਿਸ਼ਤੇ ਬਿਹਤਰ ਹੋਣਗੇ। ਤੋ ਹਰ ਸਾਲ ਕੀ ਤਰ੍ਹਾਂ ਅੱਜ ਵੀ ਅਲਹਮਦੁਲਿਲਾ ਪਾਕਿਸਤਾਨ ਸੇ ਜ਼ਾਇਰੀਨ ਤਸ਼ਰੀਫ ਲਾਏ ਹੈ। ਆਜ ਹਮਨੇ ਜ਼ਾਇਰੀਨ ਕੀ ਤਰਫ ਸੇ ਪਾਕਿਸਤਾਨ ਕੇ ਅਵਾਮ ਔਰ ਹਕੂਮਤ ਕੀ ਤਰਫ ਸੇ ਚਾਦਰ ਪੇਸ਼ ਕੀ ਹੈ ਔਰ ਯਹੀ ਦੁਆ ਕੀ ਹੈ ਕਿ ਅੱਲਾਹ ਤਾਲਾ ਯਹ ਹਾਜ਼ਰੀ ਕਬੂਲ ਕਰੇ। ਬਸ ਹਮਾਰੀ ਤੋ ਖਵਾਹਿਸ਼ ਇਹ ਹੈ ਕਿ ਦੋਨੋਂ ਮੁਲਕੋਂ ਕੇ ਦਰਮਿਆਨ ਤਾਲੁਕਾਤ ਬਿਹਤਰੀ ਕੀ ਤਰਫ ਜਾਏ ਤਾਂ ਕਿ ਇਸ ਤਰ੍ਹਾਂ ਕੇ ਰਾਬਤੇ ਜੋ ਹੈ ਵੋ ਜਾਰੀ ਉਸਾਰੀ ਰਹੇ। ਕੋਸ਼ਿਸ਼ ਇਸ ਮੇਂ ਜਾਰੀ ਰਹਤੀ ਹੈ ਔਰ ਹਮੇਂ ਖਵਾਹਿਸ਼ ਹਮੇਂ ਉਮੀਦ ਹੈ ਕਿ ਇਨਸ਼ਾ ਅੱਲਾਹ ਆਨੇ ਵਾਲੇ ਦਿਲੋਂ ਮੇਂ ਬਿਹਤਰੀ ਆਏਗੀ।